ਖੰਨਾ ਦੇ ਵਿੱਚ ਬੀਤੀ ਰਾਤ ਹੋ ਰਹੀ ਭਾਰੀ ਬਰਸਾਤ ਦੇ ਨਾਲ ਪੂਰਾ ਸ਼ਹਿਰ ਬਰਸਾਤੀ ਪਾਣੀ ਦੇ ਨਾਲ ਨੱਕੋ ਨੱਕ ਭਰ ਗਿਆ। ਜੀਟੀ ਰੋਡ ਤੋਂ ਲੈ ਕੇ ਗਲੀ ਮੁਹੱਲਿਆਂ ਅੰਦਰ ਪਾਣੀ ਹੀ ਪਾਣੀ ਭਰ ਚੁੱਕਿਆ। ਲੋਕ ਘਰਾਂ ਦੇ ਵਿੱਚ ਕੈਦ ਹੋ ਗਏ ਨੇ। ਇੱਥੇ ਦੱਸ ਦਈਏ ਕਿ ਇਸ ਬਰਸਾਤ ਦੇ ਨਾਲ ਵਿਕਾਸ ਦੇ ਦਾਅਵਿਆਂ ਦੀ ਵੀ ਪੋਲ ਖੁੱਲ ਗਈ ਹੈ। ਇਸ ਭਾਰੀ ਮੀਂਹ ਦੇ ਨਾਲ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਦਾ ਬੁਰਾ ਹਾਲ ਹੋ ਚੁੱਕਿਆ ਤੇ ਟ੍ਰੈਫਿਕ ਵੀ ਪ੍ਰਭਾਵਿਤ ਜ਼ਰੂਰ ਹੋਇਆ। ਬਾਜ਼ਾਰਾਂ ਦੇ ਵਿੱਚ ਪਾਣੀ ਭਰਨ ਕਰਕੇ ਲੋਕ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਵੜ ਗਏ ਨੇ। ਮੀਂਹ ਦਾ ਮਾਹੌਲ ਤਾਂ ਦੇਖੋ ਜੀ, ਬਾਰਿਸ਼ ਪੈਣ ਆਉਣ ਦਾ ਬਹੁਤ ਵਧੀਆ ਹੋ ਗਿਆ, ਪਰ ਨੁਕਸਾਨ ਬਹੁਤ ਹੈ ਇਹਦੇ ਵਿੱਚ ਫਸਲਾਂ ਦਾ ਵੀ, ਤੇ ਖੰਨੇ ਸ਼ਹਿਰ ਵਿੱਚ ਤਾਂ ਬਾਅਦ ਦੇ ਹੋਇਆ ਪਿਆ ਪਾਣੀ ਦਾ ਬਹੁਤ ਬੁਰਾ ਹਾਲ। ਕਿਸੇ ਬਾਹਰ ਜਾਣ ਵਾਸਤੇ ਰਸਤਾ ਨਹੀਂ ਹੈਗਾ ਵਧੀਆ, ਪਾਣੀ ਗੋਡੇ ਗੋਡੇ ਚੜਿਆ ਪਿਆ, ਦਿੱਕਤ ਬਹੁਤ ਆ ਰਹੀ ਹੈ ਜੀ, ਬਹੁਤ ਪਰੇਸ਼ਾਨੀ ਹੈ ਸਾਨੂੰ। ਸਰਕਾਰਾਂ ਤੋਂ ਮੰਗ ਕਰਦੇ ਆ ਵੀ ਇਹਨਾਂ ਦਾ ਹੱਲ ਕੀਤਾ ਜਾਵੇ। ਅੱਛਾ, ਕੀ ਲੱਗਦਾ ਵੀ ਜਿਵੇਂ ਹਾਲਾਤ ਬਣੇ ਹੋਏ ਨੇ ਪਾਣੀ ਦੇ, ਗੱਡੀਆਂ ਗੁੱਡੀਆਂ ਕਿੰਨੀਆਂ ਔਖੀਆਂ ਲੰਘਦੀਆਂ? ਗੱਡੀਆਂ ਤਾਂ ਬਹੁਤ ਹੀ ਜਾਮ ਹੋਇਆ ਖੜਾ, ਗੱਡੀਆਂ ਖਰਾਬ ਹੋ ਰਹੀਆਂ ਬੰਦੇ ਦੀਆਂ ਜੀ। ਮੇਰੇ ਮੂਹਰੇ ਹੁਣ ਇੱਕ ਬੰਦਾ ਲੈ ਕੇ ਗਿਆ ਜੀ ਗੱਡੀ ਟੋਜ਼ਨ ਕਰਕੇ ਜੀ, ਤੇ ਉਹ ਕਹਿੰਦਾ ਮੈਂ 2 ਘੰਟੇ ਹੋ ਗਏ ਫਸਿਆ ਖੜਾ, ਬਹੁਤ ਔਖਾ। ਕਹਿੰਦਾ ਵੀ ਸਾਧਨ ਅੰਦਰ ਬਹੁਤ ਔਖੇ ਆਏ ਨੇ, ਕੋਈ ਲਿਜਾਣ ਨੂੰ ਹੈ ਨਹੀਂ ਗਾ, ਤੇ ਕਹਿੰਦਾ ਵੀ ਲਿਜਾਵਾਂ ਕਿੰਨਾ, ਇੰਨਾ ਪਾਣੀ ਖੜਾ ਰਸਤੇ 'ਚ। ਦੇਖੋ ਮੀਂਹ ਪੈਣ ਨਾਲ ਮੌਸਮ ਤਾਂ ਹੋ ਗਿਆ ਵਧੀਆ, ਤੇ ਖੰਨੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ। ਖੰਨੇ ਸ਼ਹਿਰ ਦੇ ਵਿੱਚ ਹਰ ਇੱਕ ਗਲੀ 'ਚ ਪਾਣੀ ਖੜਾ, ਤੇ ਪੀਰਖਾਨਾ ਰੋਡ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਹੈ, ਤੇ ਆਪਣੇ ਜਿਹੜਾ ਲਲਹੇੜੀ ਰੋਡ ਆ ਉੱਧਰ ਵੀ, ਉਹ ਸਾਈਡ ਵੀ ਬਹੁਤ ਬੁਰਾ ਹਾਲ ਆ ਮੀਂਹ ਨਾਲ। ਤੇ 2 ਦਿਨ ਦਾ ਮੀਂਹ ਪੈ ਰਿਹਾ, ਕਾਫੀ ਦਿੱਕਤ ਆ ਰਹੀ ਹੈ, ਟ੍ਰੈਫਿਕ ਦੀ ਬਹੁਤ ਸਮੱਸਿਆ। ਤੇ ਤੁਸੀਂ ਕੀ ਕਰਨਾ ਸੀ ਇੱਥੇ ਖੰਨੇ? ਜਿਹੜਾ ਮੈਂ ਪੇਸ਼ੈਂਟ ਲੈ ਕੇ ਆਇਆ ਸੀਗਾ ਜੀ। ਅੱਛਾ, ਲੈ ਕੇ ਆਇਆ ਸੀਗਾ ਉਹਦੇ, ਤੇ ਉਹਦੇ ਕਾਰਨ ਮੈਨੂੰ ਬਹੁਤ ਦਿੱਕਤ ਆਈ ਜਾਂਦੀ ਆਉਣ ਦੀ, ਟ੍ਰੈਫਿਕ ਕਰਕੇ ਵੀ ਤੇ ਮੀਂਹ ਕਰਕੇ ਵੀ। ਪਾਣੀ ਦਾ ਬੁਰਾ ਹਾਲ ਆ, ਕਾਫੀ ਪਾਣੀ ਖੜਾ ਇੱਥੇ ਖੰਨੇ। ਪੀਰਖਾਨਾ ਰੋਡ ਤੇ ਵੀ ਤਾਂ ਬਹੁਤ ਜ਼ਿਆਦਾ ਪਾਣੀ ਹੈ। ਦੱਸ ਦਈਏ ਕਿ ਜਿੱਥੇ ਬੀਤੇ 2 ਦਿਨਾਂ ਤੋਂ ਪੈ ਰਹੀ ਭਾਰੀ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ, ਉੱਥੇ ਇਸ ਭਾਰੀ ਤੂਫਾਨ ਬਰਸਾਤ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਨਗਰ ਨਿਗਮ ਦੀ ਜਿੱਥੇ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ, ਉੱਥੇ ਹੀ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਝੇਲਣਾ ਪੈ ਰਿਹਾ ਕਿਉਂਕਿ ਉਹਨਾਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ। D5 ਚੈਨਲ ਪੰਜਾਬੀ ਲਈ ਖੰਨਾ ਤੋਂ ਧਰਮਿੰਦਰ ਸਿੰਘ ਦੀ ਰਿਪੋਰਟ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।